ਕੱਲ੍ਹ ਸਾਡਾ ਸਾਲਾਨਾ ਜਗਰਾਤਾ ਸੀ 22ਵਾਂ, ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ, ਓਪਰੇਟ ਕਰ ਰਹੇ ਸੀ, ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਹਨਾਂ ਦੀ ਡੈਥ ਹੋ ਗਈ, ਅਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ। ਅਤੇ ਕਲੱਬ ਵੱਲੋਂ ਜੋ ਜਿੰਨੀ ਵੱਧ ਤੋਂ ਵੱਧ ਮਦਦ ਕਰਾਂਗੇ ਜ਼ਰੂਰ। ਅੱਗੇ ਸਾਡਾ ਪ੍ਰਾਹੁਣਾ ਸੀਗਾ ਜੀ, ਉਹਨਾਂ ਦਾ ਮਤਲਬ ਕਰੰਟ ਨਾਲ ਉਹ ਹੋ ਗਿਆ, ਡੈਥ ਹੋ ਗਈ ਜੀ ਉਹਨਾਂ ਦੀ। ਉਮਰ 35-38 ਦੇ ਵਿੱਚ ਹੋਣੀ ਜੀ। ਦੋ ਬੱਚੇ ਆ ਜੀ, ਛੋਟੇ ਛੋਟੇ, ਇੱਕ 5-6 ਸਾਲ ਦਾ ਮੁੰਡਾ, 14 ਸਾਲ ਦੀ ਕੁੜੀ ਹੈ, ਇਹ ਮਾਛੇਵਾੜੇ ਹੋਏ ਜੀ। ਕੁਲਦੀਪ ਸਿੰਘ ਅਮਰਾਲੇ ਤੋਂ ਕੱਲ੍ਹ ਇੱਥੇ ਕੰਮ ਕਰਨ ਵਾਸਤੇ ਆਇਆ ਸੀ, ਲੇਬਰ ਦਾ ਕੰਮ ਕਰਦੇ ਸੀ ਉਹ, ਕੋਈ ਜਾਗਰਣ ਸੀ, ਉੱਥੇ ਉਹਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ, ਅਤੇ ਉਹਦੀ ਡੈਥ ਹੋ ਗਈ, ਮੌਤ ਹੋ ਗਈ ਉਹਦੀ। ਅਤੇ ਉਹਦੀ ਵੀ ਸੰਸਥਾ ਉਹਨੇ ਮਦਦ ਕੀਤੀ ਆ, ਅਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਬੱਚੇ ਆ, ਛੋਟੇ ਛੋਟੇ ਬੱਚੇ ਆ ਜੀ, ਵੀ ਉਹਨੂੰ ਕੋਈ ਮੁਆਵਜ਼ਾ ਦਿੱਤਾ ਵੱਧ ਤੋਂ ਵੱਧ ਦੇ ਕੇ, ਤਾਂ ਕਿ ਪਰਿਵਾਰ ਦਾ ਕੋਈ ਭਲਾ ਹੋ ਸਕੇ, ਅਤੇ ਬੱਚਿਆਂ ਦੀ ਪੜ੍ਹਾਈ ਦਾ ਅੱਗੇ ਜਿਹੜਾ ਚੱਲ ਸਕੇ ਕੰਮ। ਇਹਨਾਂ ਨਾਲ ਹੁਣ ਤੁਹਾਡਾ ਕੋਈ ਗਿਲਾ ਸ਼ਿਕਵਾ? ਸਰ ਗਿਲਾ ਸ਼ਿਕਵਾ ਕੀ ਹੋਣਾ, ਉਹਨਾਂ ਸਾਡੀ ਮਾਇਆ ਕਿਹਾ ਵੀ ਸੰਸਥਾ ਮਦਦ ਕਰੂਗੀ ਇਹਦੀ। ਕੱਲ੍ਹ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ। ਲੜਕੇ ਦਾ ਨਾਂ ਕੁਲਦੀਪ ਸਿੰਘ ਸੀ, ਅਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ, ਲੇਬਰ ਦਾ ਕੰਮ ਕਰਦਾ ਸੀ। ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ, ਅਤੇ ਪਿੱਛੇ ਵਾਈਫ ਆ ਇਕੱਲੀ, ਅਤੇ ਇਹੀ ਬੇਨਤੀ। ਹਾਂਜੀ, ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੁਝ ਯੋਗਦਾਨ ਕੀਤਾ, ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਜੀ, ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ। ਹਾਂਜੀ ਹਾਂਜੀ, ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ, ਸਨ ਆਫ ਬਲਵੀਰ ਸਿੰਘ, ਪਿੰਡ ਅਮਰਾਲਾ, ਤਹਿਸੀਲ ਅਤੇ ਥਾਣਾ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਇੱਥੇ ਦੁਸਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ। ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ, ਅਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ, ਅਤੇ ਕੋਈ ਇਹਨਾਂ ਨੂੰ ਕਰੰਟ ਲੱਗਿਆ, ਜਿਸ ਨਾਲ ਉਸਦੀ ਫਿਰ ਮੌਤ ਹੋ ਗਈ ਹੈਗੀ ਆ, ਜਿਹਦੀ ਅਸੀਂ ਆ ਗਏ ਹੈਗੇ, ਸਾਡੇ ਕੋਲ ਮਦਈ ਆ ਗਏ ਹੈਗੇ, ਉਹਦੀ ਮਿਸਿਜ ਆਈ ਆ, ਭਰਾ ਨੇ, ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ, ਅਤੇ ਉਹਦੀ ਅਸੀਂ 194 BNSS 'ਚ ਕਾਰਵਾਈ ਕਰਨ ਲੱਗੇ ਹਾਂ, ਅਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਹੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰ ਦਾਂਗੇ ਸੰਸਕਾਰ। ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ, ਦੋ ਬੱਚੇ ਨੇ, ਇੱਕ ਲੜਕਾ ਇੱਕ ਲੜਕੀ, ਲੜਕੀ 14 ਸਾਲ ਦੀ ਹੈ ਜੀ, ਅਤੇ ਬੇਟਾ ਹੈਗਾ 7 ਸਾਲ ਦਾ, ਅਤੇ ਪਰਿਵਾਰ ਬੈਠਾ, ਬਾਕੀ ਕਾਰਵਾਈ ਕਰਦੇ। ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ, ਸਨ ਆਫ ਬਲਵੀਰ ਸਿੰਘ, ਪਿੰਡ ਅਮਰਾਲਾ, ਤਹਿਸੀਲ ਅਤੇ ਥਾਣਾ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਇੱਥੇ ਦੁਸਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ। ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ, ਅਤੇ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ, ਅਤੇ ਕੋਈ ਇਹਨਾਂ ਨੂੰ ਕਰੰਟ ਲੱਗਿਆ, ਜਿਸ ਨਾਲ ਉਸਦੀ ਫਿਰ ਮੌਤ ਹੋ ਗਈ ਹੈਗੀ ਆ, ਜਿਹਦੀ ਅਸੀਂ ਆ ਗਏ ਹੈਗੇ, ਸਾਡੇ ਕੋਲ ਮਦਈ ਆ ਗਏ ਹੈਗੇ, ਉਹਦੀ ਮਿਸਿਜ ਆਈ ਆ, ਭਰਾ ਨੇ, ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ, ਅਤੇ ਉਹਦੀ ਅਸੀਂ 194 BNSS 'ਚ ਕਾਰਵਾਈ ਕਰਨ ਲੱਗੇ ਹਾਂ, ਅਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਅੱਜ ਹੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰ ਦਾਂਗੇ ਸੰਸਕਾਰ। ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ, ਦੋ ਬੱਚੇ ਨੇ, ਇੱਕ ਲੜਕਾ ਇੱਕ ਲੜਕੀ, ਲੜਕੀ 14 ਸਾਲ ਦੀ ਹੈ ਜੀ, ਅਤੇ ਬੇਟਾ ਹੈਗਾ 7 ਸਾਲ ਦਾ, ਅਤੇ ਪਰਿਵਾਰ ਬੈਠਾ, ਬਾਕੀ ਕਾਰਵਾਈ ਕਰਦੇ।